ਸਤਿਗੁਰਾਂ ਦੀ ਹੋਈ ਉੱਦਮ ਮਿਲਿਆ, ਗੁਰਮਤਿ ਕੈਂਪ ਦੀ ਤਿਆਰੀ ਹੋਣ ਲੱਗੀ। ਜਿਉਂ ਜਿਉਂ ਸੰਗਤਾਂ ਨੂੰ ਇਸ ਦਾ ਪਤਾ ਲੱਗਾ, ਬੱਚਾ ਬੱਚੀ ਨਾਮ ਲਿਖਵਾਉਣ ਲੱਗੀ। ਜਦੋਂ ਦੱਸਿਆ ਨਾ ਵੀ ਆਓ, ਤਾਂ ਫਿਰ ਬੱਚਿਆਂ ਨੇ ਨਾਮ ਲਿਖਵਾਉਣੇ ਸ਼ੁਰੂ ਕੀਤੇ ਕਰਕੇ ਅਰਦਾਸ ਕੈਂਪ ਆਰੰਭ ਹੋਇਆ। ਕਲਾਸਾਂ ਵਿੱਚ ਟੀਚਰ ਪੜ੍ਹਾਉਣ ਲੱਗੇ, ਕੋਈ ਸੰਥਿਆ, ਹਰਮੋਨੀਅਮ, ਹਿਸਟਰੀ ਅਤੇ ਤਬਲਾ, ਕੋਈ ਗੁਰਮੁਖੀ ਅੱਖਰ ਸਿਖਾਉਣ ਲੱਗੇ। ਬੜੇ ਚਾਅ ਨਾਲ ਆਏ ਬੱਚੇ ਸਾਰੇ, ਮਾਤਾ ਪਿਤਾ ਵੀ ਰੋਲ ਨਿਭਾਇਆ ਚੰਗਾ। ਕਨੇਡਾ ਵਿੱਚ ਭਾਵੇਂ ਲਾਈਫ ਬਿਜ਼ੀ ਹੁੰਦੀ ਹੈ, ਹਾਂਜੀ, ਫਿਰ ਵੀ ਸਭ ਨੇ ਆਪਣਾ ਰੋਲ ਨਿਭਾਇਆ ਚੰਗਾ। ਇਹ ਪਨੀਰੀ ਹੈ ਸਾਡੀ ਕੌਮ ਦੀ, ਜੋ ਸੰਭਾਲੋ, ਮੌਕਾ ਨਾ ਹੱਥੋਂ ਜਾਣ ਦੇਈਏ। ਸਿੱਖੀ ਸਿਦਕ ਨਿਭਾਉਣ ਸੰਗ ਕੇਸਾਂ, ਅਜਿਹੀ ਗੁਰਮਤ ਦੀ ਇਹਨਾਂ ਨੂੰ ਪਾਣ ਦੇਈਏ। ਬੇਨਤੀ ਕਰਦਾ ਹਾਂ ਸਿੱਖਣ ਸਿਖਾਉਣ ਵਾਲਿਆਂ ਤਾਈਂ, ਇਸ ਕਾਰਜ ਨੂੰ ਸਦਾ ਹੀ ਤੋਰੀ ਰੱਖਣਾ। ਮਾਤਾ ਪਿਤਾ ਦਾ ਵੀ ਫਰਜ਼ ਬਣਦਾ ਗੁਰੂ ਘਰ ਨਾਲ ਇਹਨਾਂ ਨੂੰ ਜੋੜੀ ਰੱਖਣਾ। ਗੁਰੂ ਘਰ ਦੀ ਕਮੇਟੀ, ਸੰਗਤਾਂ ਅਤੇ ਸੇਵਾਦਾਰਾਂ, ਲੰਗਰ ਵਿੱਚ ਵੀ ਪਦਾਰਥ ਬਣਾਏ ਚੰਗੇ, ਛੋਲੇ, ਪੂੜੀਆਂ, ਪਨੀਰ, ਦਾਲ, ਬਰਗਰ, ਸਬਜ਼ੀ, ਨਾਲ ਪੀਜੇ ਵੀ ਉਹਨਾਂ ਖਵਾਏ ਚੰਗੇ। ਅਖੀਰ ਵਿੱਚ ਹੈ ਧੰਨਵਾਦ, ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ, ਕੋਟ ਕੋਟ ਵਾਰੀ ਲੱਗਦੇ ਰਹਿਣ ਕੈਂਪ ਇਹੋ ਅਰਦਾਸ ਕਰਦਾ ਸਮੂਹ ਟੀਚਰ, ਸੇਵਾਦਾਰ, ਕਮੇਟੀ ਅਤੇ ਸਾਧ ਸੰਗਤ ਦਾ। ਗੁਰਮੀਤ ਸਿੰਘ ਤਹਿ ਦਿਲੋਂ ਧੰਨਵਾਦ ਕਰਦਾ, ਗੁਰਮੀਤ ਸਿੰਘ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ।